पैसे मैं तेन कल दे दूंगा, अज है नहीं पता की है। हूँ मैं तेत भी लैके जाना समान होर कि ले जावा, अज की दिहाड़ी नहीं लगी हैगी। सवेरे आड़ती देने होंगे ना, अच्छा कट्ठे करके उन्होंने दे देने। कोई ना अगे मैं दुद्ध तो लेके जाना यार, अज दिहाड़ी लगे जवाक जिद कर लग गया ਤੇ ਕੇਲਾ ਕਿਹੜਾ ਵੀਰੇ? ਕੇਲੇ 3 ਕਿਲੋ ਜੀ 100 ਦੇ। 100 ਦਾ 3 ਕਿਲੋ? ਹਾਂਜੀ 50 ਦੇ ਕੇਲੇ ਕਰ ਦਿਓ। ਚੱਲ ਚੱਲ ਜੀ ਕੇਲੇ 150 ਹੋ ਗਏ ਜੀ ਤੁਹਾਡਾ। 150 ਹੋ ਗਏ ਵੀਰੇ? ਹਾਂਜੀ ਠੀਕ ਹੈ ਵੀਰੇ, ਨੋਟ ਕਰ ਲਓ। ਕੋਈ ਨਹੀਂ ਵੀਰੇ, ਕੋਈ ਨਹੀਂ, ਆਪਣੇ ਪੈਸੇ ਕਿਹੜਾ ਵਜੇ ਆਉਂਦੇ ਨੇ। ਠੀਕ ਹੈ ਠੀਕ ਹੈ ਵੀਰੇ, ਹੋ ਠੀਕ ਹੈ, ਓਕੇ ਜੀ ਠੀਕ ਹੈ ਵੀਰੇ, ਥੈਂਕ ਯੂ। ਹਾਂਜੀ ਬੱਜੀ पैसे मैं तेन कल दे दूंगा, अज है नहीं पता की है। हूँ मैं तेतों ही लैके जाना समान होर कि ले जावा, अज की दिहाड़ी नहीं लगी हैगी। सवेरे आड़ती देने होंगे ना, अच्छा कट्ठे करके उन्होंने दे देने। कोई ना अगे मैं दुद्ध तो लेके जाना यार, अज दिहाड़ी लगे जवाक जिद कर लग गया खड़ गया, नहीं मैं कानू खड़ता थी देख रहा जे बनता भाई बन के नहीं बनना नहीं। अच्छा हाँ जी ਚੱਲ ਮਜਬੂਰੀ ਹੋਆ, ਸਾਡੀ ਵੀ ਸਾਨੂੰ ਦੇਣਾ ਹੁੰਦਾ ਜੀ ਸਵੇਰੇ ਆੜਤੀ। ਚੱਲ ਤੇਰੀ ਮਰਜ਼ੀ ਆ, ਚੱਲ ਲਾਉਣਾ ਮਤਲਬ ਕੀ ਗੱਲ ਹੋਊ? ਉਧਾਰ ਮੰਗਦਾ ਬਾਈ। ਅੱਛਾ ਹਾਂ, ਕਿੰਨਾ ਸਮਾਨ ਤਾਂ ਆਪਾਂ ਡੇਲੀ ਲੈ ਕੇ ਜਾਂਦਾ, ਮੈਂ ਕਿਹਾ ਚੱਲ ਵੀ ਉਧਾਰ ਨਹੀਂ ਦੇ ਸਕਦੇ ਹੈਗੇ। ਅੱਛਾ 150 ਰੁਪਏ ਦਾ ਮੰਗਦਾ ਬਾਈ। ਕੀ ਲੈ ਲੀਜੀ ਮੰਗਦਾ? ਮੈਂ ਜੀ ਲੀਜੀ ਲੈ ਕੇ ਜਾਣੀ ਹੈ ਬਾਈ ਜੀ। ਅੱਛਾ ਪਹਿਲਾਂ ਤੋਂ ਵੀ ਸਮਾਨ ਇੱਥੇ ਲੈ ਕੇ ਜਾਣਾ ਮੈਂ ਪਤਾ ਵੀਰੇ, ਮੈਨੂੰ ਆਪਣੀ ਦੁਕਾਨ ਤੇ ਜਾਂਦਾ ਹਾਂ। ਅੱਜ ਦਿਹਾੜੀ ਨਹੀਂ ਲੱਗੀ ਹੈਗੀ, ਜਵਾਕ ਹਿੰਡ ਪੈ ਗਿਆ, ਕਹਿੰਦਾ ਲੀਚੀ ਲੈਣੀ ਆ ਲਾਜ਼ਮੀ, ਕੱਲ ਵੀ ਦੇਖੀ ਹੋਏ ਨੇ। ਠੀਕ ਹੈ, ਮੈਂ ਕਿਹਾ ਜੀ ਮੈਂ ਪੈਸੇ ਹੋਣਗੇ ਕੱਲ ਨੂੰ ਲੈ ਜਾਾਂਗੇ। ਠੀਕ ਹੈ ਜੀ। ਇਹ ਕਹਿੰਦਾ ਨਹੀਂ ਵੀ ਲੈਣੀ ਆ ਲੀਚੀ, ਮੈਂ ਪੁੱਛਿਆ ਜੀ ਵੀਰ, ਕਹਿੰਦਾ ਵੀ ਨਹੀਂ ਧਾਰ ਨਹੀਂ। ਉਹ ਤਾਂ ਜੀ ਸਾਨੂੰ ਘਰ ਬੰਦ ਕੀਤਾ ਹੋਇਆਗਾ, ਜੇ ਰੱਬ ਨੇ ਆਪਾਂ ਨੂੰ ਇੰਨਾ ਕੁ ਬਣਾਇਆ ਤਾਂ ਆਪਾਂ ਨੂੰ ਅਗਲੇ ਨੂੰ ਧਾਰ ਚੀਜ਼ ਦੇ ਦੇਣੀ ਚਾਹੀਦੀ ਹੈਗੀ, ਗਾਹਕ ਵੀ ਦੇਖਣਾ ਚਾਹੀਦਾ। ਕਦੇ ਵੀ ਕੋਈ ਆਪਣੇ ਵਰਗਾ ਜੇ ਕੋਈ ਦਿਹਾੜੀਦਾਰ ਬੰਦਾ ਹੈਗਾ, ਜਿਵੇਂ ਹੁਣ ਬਾਈ ਵੀ ਆਪਣੇ ਵਰਗੇ ਆ ਨਾ, ਆਪਾਂ ਵੀ ਦਿਹਾੜੀ ਕਰਦੇ ਹਾਂ, ਮਤਲਬ 500-400 ਦਾ ਆਪਾਂ ਕੰਮ, ਦਿਹਾੜੀਦਾਰ ਬੰਦੇ ਦਾ ਵੀ ਉਹੀ ਹੁੰਦਾ ਹੈਗਾ, ਦਿਹਾੜੀਦਾਰ ਬੰਦਾ ਕਦੇ ਪੈਸੇ ਨਹੀਂ ਰੱਖਦਾ ਕਿਸੇ ਦੇ। ਕਿੰਨੀ ਲੈਣੀ ਆ ਵੀਰੇ ਲੀਚੀ ਸੋਨੇ? 150 ਜੀ। ਕਿਲੋ ਪਾ ਦੇ, ਕਿਲੋ ਲੀਚੀ ਪਾ ਦੇ। ਤੋਲ ਗਾਹਕ ਆਪਣੇ ਵਾਸਤੇ ਇੱਕ ਹਿਸਾਬ ਨਾਲ ਰੱਬ ਦਾ ਰੂਪ ਹੈ। ਪਹਿਲਾਂ ਮੈਂ ਦੇਖਿਆ ਫੋਨ 'ਤੇ ਮੈਂ ਗੱਲ ਕਰ ਰਿਹਾ ਸੀ, ਤੂੰ ਉਹਨੂੰ ਬਾਈ ਨੂੰ ਤਾਂ ਪਹਿਲਾਂ ਵਾਲੇ ਤਾਂ ਜਮੀ ਜਵਾਬ ਨਹੀਂ ਦਿੱਤਾ, ਦੇਖ ਲਾ ਉਹ ਬੰਦਾ ਹੁਣ ਤੈਨੂੰ ਦੇਖਿਆ ਵੀ ਮੋਟਰਸਾਈਕਲ 'ਤੇ ਆ ਤਕੜੇ ਘਰ ਦਾ, ਉਹਨੂੰ ਤੈਨੂੰ ਇੱਕ ਵਾਰ ਵੀ ਜਵਾਬ ਨਹੀਂ ਦਿੱਤਾ, ਅਤੇ ਇਹ ਬਾਈ ਨੂੰ ਤੈਨੂੰ ਜਦੀ ਕਹਿਤਾ ਬਾਈ ਅਸੀਂ ਨਹੀਂ ਧਾਰ ਦਿੰਦੇ ਹੈਗੇ। ਹਾਂ ਲਓ ਜੀ ਠੀਕ ਹੈ ਵੀਰੇ, ਧੰਨਵਾਦ ਵੀਰੇ ਤੇਰਾ। ਕੋਈ ਗੱਲ ਨਹੀਂ ਵੀਰੇ, ਕੋਈ ਗੱਲ ਨਹੀਂ, ਕੱਲ੍ਹ ਨੂੰ ਭਰਾ ਜੂੰਗਾ ਵੀਰੇ ਪੈਸੇ। ਠੀਕ ਹੈ ਜੀ ਠੀਕ ਹੈ। ਜੀ ਭਾਈ ਸਾਹਿਬ ਠੀਕ ਹੋ? ਵਧੀਆ ਵਧੀਆ। ਹੋਰ ਵੀਰੇ ਕੀ ਹਾਲ ਹੈ? ਵਧੀਆ ਜੀ ਵਧੀਆ। ਆ ਲਓ ਆਪਣੇ ਕੱਲ੍ਹ ਵਾਲੇ ਪੈਸੇ। ਕੋਈ ਨਹੀਂ ਵੀਰੇ ਆ ਜਾਂਦੇ ਤਾਂ। ਨਾ ਨਾ ਕੋਈ ਨਾ, ਅੱਜ ਹੈਗੇ ਤੇ ਫਿਰ ਮੈਂ ਕਈ ਵਾਰ ਘੌਲ ਹੋ ਜਾਂਦੀ ਆ ਫਿਰ ਨਾ ਹੁਣ। ਚਲੋ ਵੀਰੇ ਆਦਾ ਵਿਸ਼ਵਾਸ ਹੁੰਦਾ ਯਾਰ, ਫੇਰ ਇਧਾਰ ਦਿੱਤਾ ਜਾਂਦਾ। ਮੈਂ ਤੁਹਾਨੂੰ ਕਿਹਾ ਸੀ ਨਾ ਯਾਰ, ਕੱਲ ਨੂੰ ਫੇਰ ਵੀ ਲੋਡ ਪੈ ਸਕਦੀ ਆ। ਬਿਲਕੁਲ ਵੀਰੇ ਬਿਲਕੁਲ, ਜਦ ਮਰਜ਼ੀ ਆਓ, ਕੋਈ ਚੱਕਰ ਵਾਲੀ ਗੱਲ ਨਹੀਂ ਹੈ ਨਾ। ਧੰਨਵਾਦ ਤੁਹਾਡਾ ਬਹੁਤ ਬਹੁਤ, ਸਾਰੇ ਕੰਮ ਕੱਲ ਬੱਚਾ ਰਿਹਾ ਪੈ ਗਿਆ ਸੀ। ਕੋਈ ਗੱਲ ਨਹੀਂ ਵੀਰੇ, ਬੰਦਾ ਬੰਦੇ ਦੀ ਦਾਰੂ ਆ ਦੇਖ ਨਾ, ਕੋਈ ਹੋਣੀ ਜਦ ਮਰਜ਼ੀ ਆਓ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਠੀਕ ਹੈ ਜੀ। ਜਦ ਵੀ ਕੋਈ ਵੀਰੇ ਮਤਲਬ ਕੋਈ ਆਪਣੇ ਕੋਲ ਆਉਂਦਾ ਬੰਦਾ ਠੀਕ ਹਿਸਾਬ ਦਾ, ਤਾਂ ਐਂ ਨਾ ਕਰੇ ਵੀ ਕੋਈ ਬੰਦਾ ਸਾਈਕਲ 'ਤੇ ਆ ਤਾਂ ਸਾਈਕਲ ਦੇਖ ਕੇ, ਕੋਈ ਦਿਹਾੜੀਦਾਰ ਬੰਦਾ ਦੇਖ ਕੇ ਆਪਾਂ ਕਹਿ ਦਈਏ ਵੀ ਨਾ ਯਾਰ ਉਧਾਰ ਨਹੀਂ ਦੇਣਾ ਹੈਗਾ, ਐਂ ਨਹੀਂ ਕਹੀਦਾ ਹੁੰਦਾ। ਅਗਲਾ ਜਦੋਂ ਆਪਣੇ ਕੋਲ ਪੱਕਾ ਕਸਟਮਰ ਆਪਣਾ,
ਤਾਂ ਗਾਹਕ ਰੱਬ ਦਾ ਰੂਪ ਹੈਗਾ ਉਹਨੂੰ ਆਪਾਂ ਹੱਥ ਜੋੜ ਕੇ ਵੀ ਕੋਈ ਗੱਲ ਨਹੀਂ ਵੀਰੇ ਤੁਸੀਂ ਸਾਡੇ ਪੱਕੇ ਗਾਹਕ ਹੋਗੇ ਜਦ ਮਰਜ਼ੀ ਠੀਕ ਹੈ ਜੀ ਹੈ ਨਾ ਠੀਕ ਹੈ ਹਾਂ ਬਸ ਐਵੇਂ ਹੁੰਦਾ ਚੰਗਾ ਜੀ ਧੰਨਵਾਦ ਕੋਈ ਗੱਲ ਨਹੀਂ ਕੋਈ ਧੰਨਵਾਦ ਜਦ ਮਰਜ਼ੀ ਹੋ ਹਾਂਜੀ ਦੋਸਤੋ ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਹੈ ਨਾ ਵੀ ਗਰੀਬ ਅਮੀਰ ਦੇ ਵਿੱਚ ਭੇਦਭਾਵ ਆ ਜਿਹੜਾ ਨਹੀਂ ਕਰਨਾ ਚਾਹੀਦਾ ਅਤੇ ਜਿਹੜੇ ਵੀ ਸਾਡੇ ਦੁਕਾਨਦਾਰ ਭਾਈ ਨੇ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂਗੇ ਵੀ ਜੋ ਵੀ ਸਾਡੇ ਨਾਲ ਦੇ ਦਿਹਾੜੀਦਾਰ ਬੰਦਾ ਜਾਂ ਕੋਈ ਵੀ ਮਜ਼ਦੂਰ ਲੇਬਰ ਵਾਲਾ ਆਉਂਦਾ ਹੈਗਾ ਤਾਂ ਬਈ ਉਹਨਾਂ ਨਾਲ ਦਰਿਆ ਤਾਂ ਨਾ ਰੱਖਿਆ ਕਰੋ ਗਾਹਕ ਰੱਬ ਦਾ ਰੂਪ ਹੁੰਦਾ ਸਾਰਿਆਂ ਨੂੰ ਇੱਕ ਬਰਾਬਰ ਸਮਝਿਆ ਕਰੋ ਠੀਕ ਆ ਗਰੀਬ ਬੰਦਾ ਕਦੇ ਵੀ ਕਿਸੇ ਦੇ ਪੈਸੇ ਨਹੀਂ ਰੱਖਦਾ ਮਜ਼ਬੂਰੀ ਹੋ ਸਕਦੀ ਹੈ ਘਰਾਂ ਦੀਆਂ 100 ਮਜ਼ਬੂਰੀਆਂ ਹੋ ਜਾਂਦੀਆਂ ਨੇ ਪਰ ਸਾਡਾ ਇਹੀ ਮੈਸੇਜ ਦੇਣ ਦਾ ਹੋ ਸੀਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਵਧੀਆ ਲੱਗੀ ਹੋਵੇ ਨਾ ਅਤੇ ਅੱਗੇ ਵੀ ਇਹੋ ਜਿਹੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰਕੇ ਰੱਖ ਲਿਓ ਅਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਧੰਨਵਾਦ ਸਤਿ ਸ਼੍ਰੀ ਅਕਾਲ